ਕੌਣ ਜਾ ਰਿਹਾ ਹੈ। ਸਾਨੂੰ ਵਧਾਈ ਨਾਲ ਸੋਚਣਾ ਚਾਹੀਦਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਖੂਹਾਂ ਕਸਿਆਂ ਦਾ ਪਾਣੀ ਪੀਣ ਵਾਲੇ ਸਾਡੀ ਨੌਜਵਾਨ ਪੀੜ੍ਹੀ ਅੱਜ ਚਿੱਟਾ ਸਮੈਕ ਸ਼ਰਾਬ ਕਿਉਂ ਪੀਣ ਲੱਗ ਗਈ। ਵੀਰੋ ਸਾਨੂੰ ਸੋਚਣਾ ਪੈਣਾ ਹੈ। ਇਸੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਨ ਜਾ ਰਹੀ ਹਾਂ। ਪਰ ਅਸੀਂ ਪਰਮਾਤਮਾ ਜਾਂ ਹੋਰ ਡਰੱਗ ਮਾਫੀਆ ਨੂੰ ਚੈਲੇਂਜ ਕਰਦੇ ਹਾਂ ਕਿ ਤੁਸੀਂ ਨਸ਼ਾ ਵੇਚੋ ਜਿੰਨਾ ਵੇਚਣਾ ਹੈ, ਫਿਰ ਅਸੀਂ ਵੀ ਇਹ ਝੰਡੇ ਦੇ ਡੰਡੇ ਦੇ ਜ਼ੋਰ ਨਾਲ ਬੰਦ ਕਰਾ ਕੇ ਦਿਖਾਵਾਂਗੇ। ਠੀਕ ਹੈ, ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦੀ ਹਾਂ। ਹੋਣੀ ਚਾਹੀਦੀ ਸੀ ਗੁਰਬਾਣੀ ਵਰਸ਼ਾ, ਹੋਏ ਕਾਲੀ ਕਾਲੀ ਨਸ਼ੇ ਦੀ ਚਰਚਾ, ਹੋਣੀ ਚਾਹੀਦੀ।